ਸਤਿ ਸ਼੍ਰੀ ਅਕਾਲ ਦੋਸਤੋ, ਸਾਡਾ ਪੰਜਾਬੀ ਵਿਰਸਾ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਆ ਹਰ ਵਾਰ ਦੀ ਤਰ੍ਹਾਂ। ਜਿਸ ਤਰ੍ਹਾਂ ਦੋਸਤੋ ਅਸੀਂ ਦੋਗਾਣਾ ਗਾਇਕੀ ਦੇ ਕਿੰਗ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਜੀ ਬਾਰੇ ਕਈ ਵੱਖ-ਵੱਖ ਵੀਡੀਓ ਤੁਹਾਡੇ ਰੂਬਰੂ ਕੀਤੀਆਂ ਹਨ। ਅੱਜ ਅਸੀਂ ਵੀਡੀਓ ਤੋਂ ਪਹਿਲਾਂ ਕੁਝ ਗੱਲਾਂ ਕਰਨਾ ਚਾਹਾਂਗੇ। ਅੱਜ ਜਦੋਂ ਕੋਈ ਕਲਾਕਾਰ ਕਿਤੇ ਜਾਂਦਾ ਹੈ ਤਾਂ ਇੱਕ ਸਹਿਜਤਾ ਨਾਲ ਨਹੀਂ ਬਲਕਿ ਇੱਕ ਸ਼ੋਅ ਆਫ ਕਰਨਾ ਕਲਾਕਾਰ ਜ਼ਰੂਰੀ ਸਮਝਦਾ ਹੈ। ਇਸ ਵਿੱਚ ਸਾਡੀ ਵੀ ਗਲਤੀ ਹੈ ਤੇ ਕੁਝ ਕਲਾਕਾਰਾਂ ਦੀ ਵੀ। ਕਲਾਕਾਰ ਦਿਖੇ ਤਾਂ ਫੋਟੋ ਖਿੱਚਣਾ ਸ਼ੁਰੂ ਹੋ ਜਾਂਦੇ ਆ। ਕਈ ਗੱਲਾਂ ਹਨ ਜੋ ਪੁਰਾਣੇ ਕਲਾਕਾਰਾਂ ਤੇ ਹੁਣ ਦੇ ਕਲਾਕਾਰਾਂ ਵਿੱਚ ਉਹ ਸਹਿਜਤਾ ਨਹੀਂ, ਉਹ ਸਾਦਾਪਨ ਨਹੀਂ ਜੋ ਉਸ ਸਮੇਂ ਸੀ। ਕਲਾਕਾਰਾਂ 'ਚ ਨਿਮਰਤਾ ਇੰਨੀ ਹੁੰਦੀ ਸੀ, ਭਾਈਚਾਰਾ ਇੰਨਾ ਹੁੰਦਾ ਸੀ ਕਿ ਕਲਾਕਾਰ ਨੂੰ ਦੇਖ ਕੇ ਆਪਣਾਪਨ ਮਹਿਸੂਸ ਹੁੰਦਾ ਸੀ। ਜਦ ਕਿ ਚਮਕੀਲਾ ਜੀ ਤਾਂ ਮਿਹਨਤਾਨਾ ਵੀ ਪੂਰਾ ਲੈਂਦੇ ਸੀ, ਪਰ ਇੱਕ ਨਿਮਰਤਾ ਤੇ ਸਾਦਾਪਨ ਉਹਨਾਂ ਦਾ ਕਈਆਂ ਦੇ ਦਿਲਾਂ ਵਿੱਚ ਵਸਦਾ ਹੈ। ਸਭ ਕੁਝ ਹੋਣ ਦੇ ਬਾਵਜੂਦ ਵੀ ਇੱਕ ਕਾਰ 'ਚ ਬੈਠ ਕੇ ਸਾਜੀ ਤੇ ਗਾਇਕ ਜੋੜੀ ਦੇ ਇਕੱਠੇ ਅਖਾੜਾ ਲਗਾਉਣ ਜਾਣਾ ਆਮ ਲੋਕਾਂ ਵਾਂਗ ਰਹਿਣ ਸਹਿਣ ਹੁੰਦਾ ਸੀ। ਆਪਣੇ ਆਪ ਨੂੰ ਖਾਸ ਬਣਾਉਣ ਲਈ ਅੱਜ ਕੱਲ੍ਹ ਦੇ ਸਿੰਗਰਾਂ ਵਾਂਗੂ ਲਾਈਵ ਹੋ ਕੇ ਲੋਕਾਂ ਨੂੰ ਚਾਹ ਬਣਾਉਣੀ ਨਹੀਂ ਦਿਖਾਉਂਦੇ ਸੀ ਕਿ ਅਸੀਂ ਚਾਹ ਬਣਾ ਰਹੇ ਹਾਂ ਜਾਂ ਰੋਟੀ ਬਣਾ ਰਹੇ ਹਾਂ। ਉਸ ਸਮੇਂ ਕਲਾਕਾਰ ਫੁਕਰੇ ਨਹੀਂ ਸੀ ਕਿ ਹੋਟਲ ਤੋਂ ਹੀ ਖਾਣਾ ਹੈ, ਜੋ ਅੱਜ ਕੱਲ੍ਹ ਦੇ ਡਰਾਮੇ ਹਨ। ਇਸ ਤਰ੍ਹਾਂ ਗੱਲ ਕਰਦੇ ਹਾਂ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਜੀ ਦੀ ਜ਼ਿੰਦਗੀ ਅਤੇ ਸਾਦੇਪਨ ਨਾਲ ਜੁੜਿਆ ਇੱਕ ਕਿੱਸਾ। ਜੇ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਮੈਨੂੰ ਪਰਸਨਲੀ ਬਹੁਤ ਚੰਗਾ ਲੱਗਿਆ। ਇੱਕ ਸਾਦਗੀ ਤੇ ਨਿਮਰਤਾ ਦਾ ਪ੍ਰਤੀਕ ਕਿੱਸਾ ਕਹਿ ਸਕਦੇ ਹਾਂ। ਸਿਆਲ ਦੇ ਨਿੱਕੀ ਜਿਹੀ ਧੁੱਪ ਵਾਲੇ ਦਿਨਾਂ ਵਿੱਚ ਨਵੇਂ ਸ਼ਹਿਰ ਕੋਲ ਪ੍ਰੋਗਰਾਮ ਤੋਂ ਪਰਤਦਿਆਂ ਰਸਤੇ ਵਿੱਚ ਅਮਰਜੋਤ ਬੋਲੀ, ਸਾਗ ਖਾਧੇ ਨੂੰ ਬੜੇ ਦਿਨ ਹੋ ਗਏ, ਅੱਜ ਸਾਗ ਮੰਗਵਾ ਲਿਓ, ਮੈਂ ਰਾਤ ਨੂੰ ਬਣਾ ਲਊਂਗੀ। ਸਾਦਾ ਨੂੰ ਸਵਾਦਾਂ ਨਾਲ ਕੀ, ਜੋ ਮਰਜ਼ੀ ਬਣਾ ਲਵੀਂ ਬੱਬੀ, ਆਪਾਂ ਤਾਂ ਵਾਹਿਗੁਰੂ ਕਹਿ ਕੇ ਛੱਕ ਲੈਣਾ। ਕਾਰ ਦੀ ਪਿਛਲੀ ਸੀਟ ਉੱਤੇ ਬੈਠੇ ਅਮਰ ਸਿੰਘ ਚਮਕੀਲੇ ਨੇ ਜਵਾਬ ਦਿੱਤਾ ਸੀ। ਥੱਕੀ ਹੋਈ ਹੋਣ ਕਰਕੇ ਅਮਰਜੋਤ ਨੇ ਮਗਰ ਸੀਟ ਦੀ ਢੋ ਉੱਤੇ ਸਿਰ ਸੱਟ ਕੇ ਅੱਖਾਂ ਬੰਦ ਕਰ ਲਈਆਂ ਸਨ। ਚਮਕੀਲੇ ਦੇ ਦੂਜੇ ਪਾਸੇ ਬੈਠਾ ਸੱਤਾ ਢੋਲਕ ਵਾਲਾ ਗੱਡੀ ਚਲਾ ਰਹੇ ਅਮਰਜੋਤ ਦੇ ਭਰਾ ਪੱਪੂ ਨਾਲ ਗੱਲਾਂ ਕਰਨ ਵਿੱਚ ਰੁੱਝਿਆ ਰਿਹਾ ਸੀ। ਕਾਰ ਚੱਕ ਦਾਣਾ ਪਿੰਡ ਕੋਲ ਦੀ ਲੰਘਣ ਲੱਗੀ ਤਾਂ ਮੱਖੀ ਘੜੇ ਵਾਲੇ ਨੇ ਇੱਕ ਪਾਸੇ ਖੇਤਾਂ ਵਿੱਚ ਸਰੋਂ ਦਾ ਸਾਗ ਦੇਖਦਿਆਂ ਕਿਹਾ ਸੀ, ਉਸਤਾਦ ਜੀ ਉਹ ਸਾਗ ਹੈਗਾ, ਰੂਹ ਮੰਨਦੀ ਆ ਤਾਂ ਤੋੜ ਲੈਂਦੇ ਆ। ਅਮਰਜੋਤ ਨੇ ਅੱਗੇ ਵੱਧ ਕੇ ਪੱਪੂ ਦਾ ਮੋਢਾ ਫੜ ਲਿਆ ਸੀ। ਰੋਕ ਪੱਪੂ ਗੱਡੀ, ਪੱਪੂ ਨੇ ਬ੍ਰੇਕਾਂ ਤੇ ਪੈਰ ਰੱਖ ਕੇ ਕਾਰ ਸੜਕ ਤੇ ਇੱਕ ਪਾਸੇ ਰੋਕ ਦਿੱਤੀ ਸੀ। ਚਮਕੀਲਾ ਅਮਰਜੋਤ ਦੇ ਸੱਤਾਂ ਵਿੱਚੋਂ ਨਿਕਲ ਕੇ ਸਾਗ ਤੋੜਨ ਤੁਰ ਪਏ ਸਨ। ਸੱਤੇ ਨੇ ਜਾਂਦਿਆਂ ਆਪਣੀ ਸ਼ੰਕਾ ਜ਼ਾਹਿਰ ਕੀਤੀ ਸੀ, ਚਮਕੀਲਾ ਸਾਹਿਬ ਕਿਸੇ ਨੂੰ ਪੁੱਛ ਲੈਂਦੇ ਆਪਾਂ, ਐਵੇਂ ਚੋਰੀ ਸਾਗ ਤੋੜਨ ਦਾ ਇਲਜ਼ਾਮ ਨਾ ਲੱਗ ਜਾਵੇ ਆਪਣੇ ਤੇ, ਸਾਗ ਹੀ ਆ, ਆਪਾਂ ਕਿਹੜਾ ਕਿਸੇ ਦੀਆਂ ਲੁੱਲਾਂ ਲਾ ਲੈਣੀਆਂ, ਇੱਥੇ ਕੋਈ ਦਿਸਦਾ ਨਹੀਂ, ਪੁੱਛੀਏ ਕਿਨੂੰ। ਚਮਕੀਲੇ ਤੇ ਅਮਰਜੋਤ ਸਾਗ ਤੋੜਨ ਲੱਗ ਪਏ ਸਨ। ਸੱਤਾ ਪਰਾਂ ਮੋਟਰ ਵੱਲ ਪਾਣੀ ਪੀਣ ਦੇ ਇਰਾਦੇ ਨਾਲ ਚਲਾ ਗਿਆ ਸੀ। ਮੋਟਰ ਦੇ ਦੂਜੇ ਪਾਸੇ ਖੜੇ ਸਵਰਾਜ ਟਰੈਕਟਰ ਤੇ ਚਮਕੀਲੇ ਦੇ ਗਾਣਿਆਂ ਦੀ ਰੀਲ ਵੱਜ ਰਹੀ ਸੀ, ਜੀਜਾ ਲੱਕ ਮਿੰਨ ਲੈ। ਸੱਤਾ ਜਿਉਂ ਹੀ ਉਹ ਮੋਟਰ ਕੋਲ ਪਹੁੰਚਿਆ ਤਾਂ ਮੋਟਰ ਵਾਲੀ ਕੋਠੀ ਚੋਂ ਖੇਤ ਦਾ ਮਾਲਕ ਬਾਹਰ ਨਿਕਲ ਆਇਆ ਸੀ। ਕਿਹੜਾ ਬਾਈ? ਮੈਂ ਆ ਜੀ ਸਤਪਾਲ ਸੱਤਾ। ਸੱਤਾ ਭਾਵੇਂ ਅੱਠਾ ਨਹਿਲਾ ਦਹਿਲਾ, ਕੀ ਕੰਮ ਹੈ? ਪਾਣੀ ਪੀਣਾ ਸੀ। ਪੀ ਲੈ ਕਹਿ ਕੇ ਉਸਨੇ ਸਾਗ ਤੋੜ ਰਹੇ ਔਰਤ ਅਤੇ ਮਰਦ ਨੂੰ ਦੇਖ ਕੇ ਸੱਤੇ ਨੂੰ ਪੁੱਛਿਆ ਸੀ, ਉਹ ਤੇਰੇ ਨਾਲ ਆਏ ਆ? ਹਾਂਜੀ, ਅਸੀਂ ਇੱਥੋਂ ਲੰਘਦੇ ਸੀ, ਸੋਚਿਆ ਭੋਰਾ ਕੋ ਸਾਗ ਹੀ ਲੈ ਜਾਂਦੇ ਆ। ਸਰਦਾਰ ਜੀ ਕਿਉਂ, ਪਿਓ ਦਾ ਖੇਤ ਸਮਝ ਰੱਖਿਆ, ਸ਼ਰਮ ਨਹੀਂ ਆਉਂਦੀ ਸਾਗ ਚੋਰੀ ਕਰਦਿਆਂ ਨੂੰ ਤੁਹਾਨੂੰ? ਖੇਤ ਦਾ ਮਾਲਕ ਚਾਰੇ ਪੈਰ ਚੁੱਕ ਕੇ ਸੱਤੇ ਨੂੰ ਪੈ ਨਿਕਲਿਆ ਸੀ। ਉਹ ਮਾਲਕੋ ਚਿੜੀਆਂ ਚੁੰਝ ਭਰ ਲੈ ਗਈ, ਨਦੀ ਨਾ ਘਟਿਓ ਨੀਰ, ਚਾਰ ਗੰਧਲਾ ਤੋੜਨ ਨਾਲ ਤੁਹਾਨੂੰ ਕੀ ਫਰਕ ਪੈਣ ਲੱਗਿਆ? ਸਾਗ ਆ ਬਾਬਿਓ, ਟੂਮਾ ਤਾਂ ਨੀ, ਨਾਲੇ ਤੁਹਾਨੂੰ ਪਤਾ ਇਹ ਹੈ ਸਾਗ ਤੋੜਨ ਵਾਲੇ ਕੌਣ ਆ, ਕੌਣ ਨੂੰ ਕੀ ਧਰਮਿੰਦਰ ਤੇ ਹੇਮਾ ਮਾਲਣੀ ਆ? ਨਹੀਂ ਜੀ, ਤੁਸੀਂ ਆ ਟਰੈਕਟਰ ਤੇ ਜਿਨ੍ਹਾਂ ਦੀ ਟੇਪ ਲਾਈ ਹੋਈ ਆ, ਇਹ ਉਹੀ ਜੋੜੀ ਚਮਕੀਲਾ ਤੇ ਅਮਰਜੋਤ ਨੇ ਜੀ। ਸਵੇਰੇ ਸਵੇਰੇ ਦਾਰੂ ਡੱਫੀ ਫਿਰਦਾ, ਆ ਚੱਲ ਤੇਰੀਆਂ ਤੇ ਚਮਕੀਲੇ ਦੀਆਂ ਲੱਤਾਂ ਤੋੜਦਾ, ਸੱਤੇ ਨੂੰ ਬਾਹੋਂ ਫੜ
ਧੌਂਦਾ ਹੋਇਆ ਉਹ ਬੰਦਾ ਸਾਗ ਤੋੜ ਰਹੇ ਚਮਕੀਲੇ ਹੋਰਾਂ ਵੱਲ ਤੁਰ ਪਿਆ ਸੀ। ਉਸ ਬੰਦੇ ਨੇ ਪਿੱਠ ਕਰੀ ਖੜੇ ਅਮਰਜੋਤ ਤੇ ਚਮਕੀਲੇ ਦੇ ਕੋਲ ਜਾ ਕੇ ਲਲਕਾਰਾ ਮਾਰਿਆ ਸੀ, ਖੜ ਜੋ ਮੈਂ ਤੜਾਉਣਾ ਤੁਹਾਨੂੰ ਸਾਗ। ਚਮਕੀਲੇ ਨੇ ਜਦੋਂ ਪਿੱਠ ਘੁਮਾਈ ਤਾਂ ਉਸ ਬੰਦੇ ਦਾ ਮੂੰਹ ਅੱਡਿਆ ਰਹਿ ਗਿਆ ਸੀ। ਚਮਕੀਲਾ ਸਾਹਿਬ ਤੁਸੀਂ ਇੱਥੇ ਕਿੱਦਾਂ? ਬਸ ਬਾਈ ਜੀ ਪ੍ਰੋਗਰਾਮ ਲਾ ਕੇ ਇੱਥੋਂ ਦੀ ਲੰਘਦੇ ਸੀ। ਬੱਬੀ ਕਹਿੰਦੀ ਸਾਗ ਖਾਣਾ, ਅਸੀਂ ਸੋਚਿਆ ਇੱਥੋਂ ਸੱਜਰਾ ਤੋੜ ਕੇ ਲੈ ਜਾਂਦੇ ਹਾਂ, ਤੁਹਾਨੂੰ ਇਤਰਾਜ਼ ਆ ਤਾਂ ਰਹਿਣ ਦਿੰਦੇ ਹਾਂ। ਉਹ ਚਮਕੀਲਾ ਸਾਹਿਬ ਇਹ ਕਿਹੜੀ ਗੱਲ ਕਰਤੀ, ਮੇਰਾ ਨਾਂ ਪ੍ਰਦੂਮਨ ਸਿੰਘ ਆ, ਮੈਂ ਤਾਂ ਤੁਹਾਡਾ ਬੜਾ ਤਗੜਾ ਮੁਰੀਦ ਵੀ ਜੀ, ਤੁਸੀਂ ਭਾਵੇਂ ਗੁਲਾਬ ਤੋੜ ਲਿਓ ਇਹ ਤਾਂ ਫਿਰ ਸਾਗ ਆ, ਮੇਰੇ ਦਾ ਧੰਨ ਭਾਗ ਨੇ ਜਿਹੜਾ ਤੁਹਾਡੇ ਵਰਗੇ ਕਲਾਕਾਰ ਬੰਦੇ ਚੱਲ ਕੇ ਮੇਰੇ ਕੋਲ ਆਏ। ਤੁਹਾਨੂੰ ਦੇਖਣ ਤਾਂ ਲੋਕੀ ਦੂਰੋਂ ਦੂਰੋਂ ਜਾਂਦੇ ਨੇ। ਖੇਤ ਮਾਲਕ ਪ੍ਰਦੂਮਨ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਚਮਕਣ ਲੱਗੇ ਸਨ। ਉਸਨੇ ਆਪ ਨਾਲ ਲੱਗ ਕੇ ਸਾਗ ਤੜਵਾਇਆ ਤੇ ਸਭ ਨੂੰ ਖਿੱਚ ਕੇ ਮੋਟਰ ਵੱਲ ਲੈ ਗਿਆ ਸੀ। ਆਓ ਮੈਂ ਚਾਹ ਬਣਾਉਣਾ ਹਾਂ। ਚਮਕੀਲਾ ਸਾਹਿਬ ਮੇਰੀ ਬੇਨਤੀ ਆ, ਤੁਸੀਂ ਦੋਵੇਂ ਜਣੇ ਮਿਹਰਬਾਨੀ ਕਰਕੇ ਕੋਈ ਗੀਤ ਸੁਣਾ ਦਿਓ, ਫਿਰ ਮੈਂ ਮੀਟ ਬਣਾ ਕੇ ਤੁਹਾਨੂੰ ਰੋਟੀ ਖਵਾ ਕੇ ਤੋਰੂ। ਚਮਕੀਲਾ ਤੇ ਅਮਰਜੋਤ ਆਲੂ ਤੇ ਬੈਠ ਗਏ ਸਨ, ਸੱਤਾ ਕੋਲ ਹੀ ਉਹਨਾਂ ਦੇ ਸਾਹਮਣੇ ਜ਼ਮੀਨ ਤੇ ਬੈਠ ਗਿਆ ਸੀ। ਚੱਲ ਬੱਬੀ ਸੁਣਾ ਦਿੰਨੇ ਆ, ਚਮਕੀਲੇ ਨੇ ਅਮਰਜੋਤ ਨੂੰ ਇਸ਼ਾਰਾ ਕੀਤਾ ਤਾਂ ਉਸਨੇ ਆਪਣੇ ਸਿਰ ਉੱਪਰ ਲਈ ਚੁੰਨੀ ਨੂੰ ਸਵਾਰ ਕੇ ਗੀਤ ਦੇ ਬੋਲ ਛੋਹ ਲਏ ਸਨ। ਤੇਰਾ ਵੱਡਾ ਵੀਰ ਮੇਰਾ ਜੇਠ ਛੜਾ ਮੋਰੀ ਚੋਂ ਤੱਕਦਾ ਰਿਹਾ ਖੜਾ। ਅਸਥਾਈ ਖਤਮ ਹੋਈ ਤਾਂ ਜਿਉਂ ਹੀ ਚਮਕੀਲੇ ਨੇ ਆਪਣੇ ਇੱਕ ਅੰਤਰੇ ਦੇ ਬੋਲ ਚੁੱਕੇ ਸਨ ਤਾਂ ਮਸਤੀ ਵਿੱਚ ਆ ਕੇ ਪ੍ਰਦੂਮਨ ਨੱਚਣ ਲੱਗ ਪਿਆ ਸੀ। ਉਹਨੂੰ ਅਜੀਬੋ ਗਰੀਬ ਢੰਗ ਨਾਲ ਭੰਗੜਾ ਪਾਉਂਦਾ ਦੇਖ ਕੇ ਅਮਰਜੋਤ ਦਾ ਹਾਸਾ ਨਿਕਲ ਗਿਆ ਸੀ। ਜਿਉਂ ਹੀ ਅਮਰਜੋਤ ਨੇ ਹਾਸੇ ਉੱਪਰ ਕਾਬੂ ਪਾਇਆ ਤਾਂ ਆਪਣੇ ਇੱਕ ਹੋਰ ਗੀਤ ਦੇ ਬੋਲ ਗਾਉਣੇ ਸ਼ੁਰੂ ਕਰ ਦਿੱਤੇ ਸਨ। ਨੱਚਦਾ ਫਿਰੇ ਨਚਾਰਾਂ ਵਾਂਗੂ ਪਾ ਕੇ ਘੱਗਰੀ ਮੇਰੀ ਨੀ, ਇੱਕ ਤੋਂ ਬਾਅਦ ਇੱਕ ਚਮਕੀਲੇ ਅਤੇ ਅਮਰਜੋਤ ਨੇ ਚਾਰ ਪੰਜ ਦੋ ਗਾਣਿਆਂ ਦੇ ਟੱਪੇ ਸੁਣਾ ਦਿੱਤੇ ਸਨ। ਪ੍ਰਦੂਮਨ ਪੂਰਾ ਪ੍ਰਸੰਨ ਹੋ ਗਿਆ ਸੀ। ਚਮਕੀਲਾ ਸਾਹਿਬ ਮੇਰੇ ਨਾਲ ਘਰ ਚੱਲੋ, ਤੁਹਾਨੂੰ ਰੋਟੀ ਖਾਧੇ ਬਿਨਾ ਨਹੀਂ ਮੈਂ ਜਾਣ ਦੇਣਾ। ਉਧਰ ਵੀ ਤੇਰੀ ਰੋਟੀ ਆ ਵੀਰੇ, ਅਸੀਂ ਪ੍ਰੋਗਰਾਮ ਲਾ ਕੇ ਥੱਕੇ ਹੋਏ ਹਾਂ, ਘਰੇ ਜਾ ਕੇ ਆਰਾਮ ਕਰਨਾ, ਕੱਲ੍ਹ ਨੂੰ ਦਿੱਲੀ ਕੋਲ ਗੜਗਾਓਂ ਅਖਾੜਾ ਲਗਾਉਣਾ, ਸਵੇਰੇ ਸਾਜਰੇ ਨਿਕਲਣਾ ਪੈਣਾ, ਸਾਨੂੰ ਹੁਣ ਇਜਾਜ਼ਤ ਦੇ। ਪ੍ਰਦੂਮਨ ਨੇ ਚਮਕੀਲੇ ਨੂੰ ਜੱਫੀ ਪਾ ਲਿੱਤੀ ਸੀ। ਚੰਗਾ ਭਾਜੀ ਮੈਂ ਮਜਬੂਰ ਨਹੀਂ ਕਰਦਾ। ਪ੍ਰਦੂਮਨ ਕਾਰ ਵਿੱਚ ਬਿਠਾ ਕੇ ਚਮਕੀਲੇ ਨੂੰ ਉਥੋਂ ਵਿਦਾ ਕਰਨ ਬਾਅਦ ਸੜਕ ਤੇ ਉਹਨਾਂ ਚਿਰ ਖੜਾ ਰਿਹਾ ਸੀ ਜਿੰਨੀ ਦੇਰ ਤੱਕ ਉਹਨਾਂ ਦੀ ਸਲੇਟੀ ਰੰਗ ਦੀ ਅੰਬੈਸਡਰ ਕਾਰ ਰਜਿਸਟ੍ਰੇਸ਼ਨ ਨੰਬਰ HRI 1786 ਅੱਖਾਂ ਤੋਂ ਓਝਲ ਨਹੀਂ ਹੋਈ ਸੀ, ਓਝਲ ਨਹੀਂ ਹੋਈ ਸੀ। ਇਹ ਦੋਸਤੋ ਕਿੱਸਾ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਦਾ। ਦੋਸਤੋ ਇਸੇ ਤਰ੍ਹਾਂ ਤੁਹਾਨੂੰ ਸਮੇਂ ਸਮੇਂ 'ਤੇ ਅਸੀਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਗਾਇਕੀ ਨਾਲ ਜੁੜੀਆਂ ਤਮਾਮ ਸ਼ਖਸੀਅਤਾਂ ਬਾਰੇ ਜਾਣੂ ਕਰਵਾਉਂਦੇ ਰਵਾਂਗੇ ਇਸ ਚੈਨਲ ਦੇ ਜ਼ਰੀਏ। ਅਤੇ ਆਓ ਹੁਣ ਲਈ ਦਿਓ ਇਜਾਜ਼ਤ, ਜਲਦ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਾਡਾ ਪੰਜਾਬੀ ਵਿਰਸਾ ਨੈੱਟਵਰਕ ਦੇ ਨਾਲ ਪ੍ਰੀਤ ਡੁਗਰੀ। ਧੰਨਵਾਦ ਦੋਸਤੋ।